देखो जी, अज जी साड़ी मीटिंग है, कोई कल साडे बीके जू क्रांतिकारी दी नहीं सी। बीके जू क्रांतिकारी तो बिना विद्यार्थी जथेबंदियां, मजदूर जथेबंदियां, इनकलाबी जमहूरी जथेबंदियां, लोक संग्राम मोर्चा, इन्हां दी सारयां दी सांझी मीटिंग सीगी। मीटिंग का मेन मकसद जां मेन एजेंडा सीगा वी जिहड़ियां पंजाब असैंबली चोणां हैगियां ने इहदे विच लोकां नूं की सद्दा दित्ता जावे, इहदा एजेंडा सीगा। उस चो साडी जिहड़ी कमेटी, एक तां असीं सारियां जिन्नियां मैं विद्यार्थियों वाली, नौजवानों वाली, मजदूर किसान जथेबंदी समेत लोक संग्राम मोर्चे की एक सांझी वोट बाइकाट मुहिम कमेटी का एक तां गठन किया। ये सारे पंजाब दे विच जिवें चोणां वाले मुहिम चलाउणगे, असीं सारे जिलों के वोट बाइकाट मुहिम चलावांगे, क्योंकि साडा मनना है बई जिवें हुण पुछदे भी हैगे आ, जिवें किसान जथेबंदियों के विचों कुछ जथेबंदियां ने उह बना के संयुक्त समाज मोर्चा चोणां च चोण पोलिटिक्स के कुदण का फैसला कर लिया, पर उन्होंने भी जड़ियाँ लगभग 13-14 जथेबंदियां उह जिहियां हैगियां जिन्हां ने कहा भी असीं ना असीं आपदे उस वोट पोलिटिक्स के नहीं जावांगे, कोई कैंडीडेट नहीं खड़े करांगे, ना किसी की सपोर्ट करांगे, क्योंकि साडा उदों भी अगे हैगा, ਸਾਡਾ ਉਦੋਂ ਵੀ ਅੱਗੇ ਹੈਗਾ ਵੀ ਅਸੀਂ ਵੋਟ ਪਾਉਣ ਨੂੰ ਵੀ ਨਹੀਂ ਕਹਾਂਗੇ। ਵੀ ਅਸੀਂ ਸਮਝਦੇ ਹਾਂ ਵੀ ਵੋਟ ਪਾਉਣਾ ਵੀ ਇਹ ਸਿਸਟਮ ਨੂੰ ਮਜ਼ਬੂਤ ਕਰਨਾ, ਇਹ ਜਿਹੜਾ ਸਿਸਟਮ ਹੈ ਜਿਹੜਾ ਇਹਨੇ ਹੁਣ ਤੱਕ ਕਿਸਾਨਾਂ ਨੂੰ 50 ਸਾਲਾਂ ਦੇ ਵਿੱਚ ਜਿੰਨੇ ਵਾਰੀ 50 ਸਾਲਾਂ ਦੇ ਕੀ 1952 ਤੋਂ ਲੈ ਕੇ 75 ਸਾਲਾਂ ਦੇ ਵਿੱਚ ਜਿੰਨੇ ਵਾਰੀ ਇਹ ਚੋਣਾਂ ਹੋਈਆਂ ਨੇ, ਇਸ ਚੋਣ ਸਿਸਟਮ ਨੇ, ਚੋਣ ਪ੍ਰਣਾਲੀ ਨੇ ਕੋਈ ਰਾਜ ਨਹੀਂ ਬਦਲਿਆ, ਕੋਈ ਲੋਕਾਂ ਦਾ ਰਾਜ ਨਹੀਂ ਆਇਆ, ਸਗੋਂ ਤੋਂ ਲੋਕਾਂ ਦੀ ਜਿਹੜੀ ਗੁਲਾਮੀ ਹੈ, ਬਾਹਰਲੀ ਗੁਲਾਮੀ ਹੈ, ਵਿਦੇਸ਼ੀ ਗੁਲਾਮੀ ਹੈ, ਸਾਮਰਾਜੀ ਕੰਪਨੀਆਂ ਦੀ, ਕਾਰਪੋਰੇਟ ਘਰਾਣਿਆਂ ਦੀ ਗੁਲਾਮੀ ਵੱਧ ਗਈ, ਕਿਸਾਨ ਕਰਜ਼ੇ ਦੇ ਵਿੱਚ ਪੈਰ ਉਹ ਕਰਜ਼ਾਈ ਹੋ ਗਿਆ, ਲੋਕਾਂ ਦੀਆਂ ਜਿਹੜੀਆਂ ਸਹੂਲਤਾਂ ਸੀਗੀਆਂ ਸਿਹਤ ਵਾਲੀਆਂ ਸੀਗੀਆਂ, ਪਹਿਲਾਂ ਜਿਹੜੀਆਂ ਕੋਈ ਸਰਕਾਰੀ ਸਹੂਲਤ ਸੀਗੀ, ਵਿੱਦਿਆ ਵਾਲੀ ਸੀਗੀ, ਉਹ ਨਿੱਜੀਕਰਨ ਆਈ, ਉਹ ਸਾਰਾ ਕੁਝ ਖੋਹ ਲਿਆ। ਮਤਲਬ ਇਸ ਸਿਸਟਮ ਕਰਕੇ ਵੋਟਾਂ ਤਾਂ ਹੁਣ ਲੱਗਦਾ ਵੀ 26 ਵਾਰੀ ਇਦੋਂ ਪਹਿਲਾਂ ਅਸੈਂਬਲੀ ਚੋਣਾਂ ਹੋ ਗਈਆਂ 1952 ਤੋਂ ਲੈ ਕੇ ਪਿਆ, ਅਤੇ 17 ਵਾਰੀ ਲੋਕ ਸਭਾ ਦੀਆਂ ਚੋਣਾਂ ਹੋ ਗਈਆਂ, ਪਰ ਨਾ ਲੋਕ ਸਭਾ ਦੀਆਂ ਚੋਣਾਂ 'ਚ ਕੁਛ ਨਿਕਲਿਆ, ਨਾ ਅਸੈਂਬਲੀ ਚੋਣਾਂ 'ਚੋਂ ਨਿਕਲਿਆ। ਸਾਡਾ ਮੰਨਣਾ ਹੈਗਾ ਵੀ ਲੋਕਾਂ ਦੀ ਜਿਹੜੀ ਜਥੇਬੰਦ ਹੋ ਕੇ, ਲੋਕਾਂ ਦੀ ਜਿਹੜੀ ਏਕੇ ਦੀ ਤਾਕਤ ਦੇ ਬਲਬੂਤੇ ਅਸੀਂ ਜਿਹੜੇ ਹੈਗੇ ਹੈ ਆਪਦੇ ਹੱਕ ਲੈ ਸਕਦੇ ਹਾਂ, ਜਿਹਦੀ ਜਿਹੜੀ ਜ਼ਾਰਾ ਮਿਸਾਲ ਹੈ ਇਹ ਜਿਹੜਾ ਦਿੱਲੀ ਵਾਲਾ ਜਿਹੜਾ ਕਾਲੇ ਕਾਨੂੰਨਾਂ ਵਿਰੋਧੀ ਅੰਦੋਲਨ ਹੈ, ਉਸ ਨੇ ਇਸ 'ਤੇ ਮੋਹਰ ਲਾ ਤੀ ਬਈ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਪਾਸੇ ਰੱਖ ਕੇ, ਦੂਰ ਰੱਖ ਕੇ, ਉਸ ਲੋਕ ਸੰਗਰਾਮ ਮੋਰਚਾ ਕਹਿ ਲੈਣਾ, ਲੋਕ ਆਪਣਾ ਕਿਸਾਨ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਦੇ ਵਿੱਚ ਉਹ ਜਿਹੜੇ ਕਾਨੂੰਨ ਵਾਪਸ ਕਰਾਇਆ, ਕੋਈ ਕਿਸੇ ਐਮਪੀਆਂ ਜਾਂ ਪਾਰਲੀਮੈਂਟ ਆਪਣਾ MLA ਰਾਹੀਂ ਨਹੀਂ ਵਾਪਸ ਹੋਏ। ਸੋ ਉਸ ਨੇ ਇੱਕ ਸਬਕ ਦਿੱਤਾ ਵੀ ਇਹਨਾਂ ਤੋਂ ਦੂਰ ਰਹਿ ਕੇ ਤੁਸੀਂ ਲੋਕ ਤਾਕਤ ਦੇ ਆਸਰੇ, ਆਪਣੀ ਲੋਕ ਤਾਕਤ ਦੇ ਪ੍ਰੈਸ਼ਰ ਦੇ ਆਸਰੇ, ਉਹਦੀ ਤਾਕਤ ਦੇ ਬਲਬੂਤੇ ਜਿਹੜਾ ਹੈਗਾ, ਤੁਸੀਂ ਕੁਛ ਨਾ ਕੁਛ ਜਿਹੜਾ ਹੈਗਾ ਉਹ ਸੁਧਾਰ ਵੀ ਕਰ ਸਕਦੇ ਹੋ ਸਿਸਟਮ 'ਚ, ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਵੀ ਕਰ ਸਕਦੇ ਹੋ। ਇਹ ਵੇਖੋ ਜੀ, ਲੋਕਤੰਤਰ ਹੈ ਹੀ ਨਹੀਂ, ਇੱਥੇ ਹੈਗਾ ਯੋਗਤੰਤਰ ਕਹਿੰਦੇ ਹਾਂ ਅਸੀਂ ਇਹਨੂੰ। ਯੋਗਤੰਤਰ ਦਾ ਭਾਵ ਹੈ ਵੀ ਜਿਹੜੀਆਂ ਵੱਡੀਆਂ ਜੋਕਾਂ ਨੇ, ਜਿਨ੍ਹਾਂ ਦੇ ਵਿੱਚ ਵੱਡੇ ਕਾਰਪੋਰੇਟ ਘਰਾਣੇ ਆ ਜਾਂਦੇ ਆ, ਸਾਮਰਾਜੀ ਕੰਪਨੀਆਂ ਆ ਜਾਂਦੀਆਂ ਨੇ, ਜਿਹੜੀਆਂ ਸੰਸਾਰ ਦੀਆਂ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ, ਸਾਮਰਾਜੀ ਸੰਸਥਾਵਾਂ ਜਿਵੇਂ WTO ਹੈ, ਕੌਮਾਂਤਰੀ ਮੁਦਰਾ ਕੋਸ਼ ਹੈ, ਵਰਲਡ ਬੈਂਕ ਹੈ, ਉਹ ਉੱਥੋਂ ਸਾਡੀ ਕਿਸਮਤ ਤੈਅ ਹੁੰਦੀ ਹੈ, ਉਹ ਉੱਥੋਂ ਨੀਤੀਆਂ ਪਾਲਿਸੀਆਂ ਬਣਾਉਂਦੇ ਆ। ਇਹ ਜਿਹੜੇ ਸਾਡੇ ਹਾਕਮ ਹੈ, ਉਹਨਾਂ ਦੇ ਦਲਾਲ ਹੈ ਜਿਹੜੇ, ਉਹਨਾਂ 'ਚੋਂ ਹਿੱਸਾ ਪੱਤੀ ਲੈ ਕੇ ਉਹਨਾਂ ਨੂੰ ਲੁੱਟ, ਆਪ ਵੀ ਲੁੱਟ ਕਰਦੇ ਆ, ਉਹਨਾਂ ਨੂੰ ਵੀ ਕਰਾਉਂਦੇ ਆ, ਉਹ ਫਿਰ ਉੱਥੇ ਉਹਨਾਂ ਦੀਆਂ ਨੀਤੀਆਂ ਨੂੰ ਇੱਥੇ ਲਾਗੂ ਕਰਦੇ ਨੇ, ਉਹਨਾਂ ਦੇ ਅੱਡ ਕਾਨੂੰਨ ਬਣਾ ਕੇ, ਜਿਵੇਂ ਆ ਕਾਲੇ ਕਾਨੂੰਨ ਬਣਾਏ ਸੀਗੇ, ਆਹ ਆਪਣਾ ਲੇਬਰ ਨਾਲ ਸੰਬੰਧਿਤ ਹੈ, ਲੇਬਰ ਲਾ ਹੈ ਜਿਹੜੇ ਨਵੇਂ ਲੈ ਕੇ ਆਏ ਨੇ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਲੋਕਤੰਤਰ ਹੈ ਹੀ ਨਹੀਂ, ਇਹ ਉਹਨਾਂ ਦਾ, ਸਾਮਰਾਜੀ ਕੰਪਨੀਆਂ ਦਾ, ਕਾਰਪੋਰੇਟ ਘਰਾਣਿਆਂ ਦਾ, ਵੱਡੇ ਜਗੀਰਦਾਰ ਘਰਾਣਿਆਂ ਦਾ, ਵੱਡੇ ਪੂੰਜੀਪਤੀਆਂ ਦਾ, ਇੱਥੇ ਇਹ ਲੁੱਟਤੰਤਰ ਹੈ। ਦੇਖੋ ਜੀ, ਅਸੀਂ ਉਹਨਾਂ ਨੂੰ ਸਮਝਾਇਆ ਸੀਗਾ ਵੀ ਇਸ ਦਲਦਲ ਦੇ ਵਿੱਚ ਨਾ ਫਸੋ, ਜਿਹੜਾ ਤੁਹਾਡਾ ਅਕਸ ਬਣਿਆ ਹੋਇਆ ਉਹ ਅੰਦੋਲਨ ਕਰਕੇ ਤੁਹਾਡਾ ਇਹ ਅਕਸ ਵੀ ਨਹੀਂ ਰਹਿਣਾ, ਪਰ ਉਹਨਾਂ ਨੂੰ ਅਸੀਂ ਸਮਝਦੇ ਹਾਂ ਵੀ ਕੋਈ ਸੁਧਾਰ ਕਰ ਦੇਣਗੇ ਉਹ, ਕਿਉਂਕਿ ਅਸੀਂ ਸਮਝਦੇ ਹਾਂ ਵੀ ਇਹਦੇ ਨਾਲ MLA ਇਕੱਲੀ ਅਸੈਂਬਲੀ ਹੈ। ਹੁਣ ਤੁਸੀਂ ਵੀ ਪੋਲੀਟਿਕਸ ਪੜ੍ਹੀ ਹੋਣੀ ਹੈ, ਪੋਲੀਟੀਕਲ ਸਾਇੰਸ ਪੜ੍ਹੀ ਹੋਣੀ ਹੈ, ਰਾਜ ਆ ਜਿਹੜਾ ਹੈ ਇਕੱਲੀਆਂ ਵੋਟਾਂ ਨਾਲ ਰਾਜ ਨਹੀਂ ਬਦਲਦਾ, ਰਾਜ ਸੇਮ ਰਹਿੰਦਾ, ਸਿਰਫ ਚਿਹਰੇ ਬਦਲਦੇ ਆ। ਰਾਜ ਦੇ ਵਿੱਚ ਇਕੱਲਾ ਵਿਧਾਨ ਪਾਲਿਕਾ ਥੋੜ੍ਹੀ ਆਉਂਦੀ ਹੈ, ਇਕੱਲੀ ਪਾਰਲੀਮੈਂਟ ਥੋੜ੍ਹੀ ਆਉਂਦੀ ਹੈ, ਦੂਜੇ ਜਿਹੜੇ ਅੰਗ ਹੈ, ਕਾਰਜਪਾਲਿਕਾ ਹੈਗੀ ਆ, ਨਿਆਂਪਾਲਿਕਾ ਹੈਗੀ ਹੈ, ਵੱਡੇ ਐਂ ਸਮਝ ਲਓ ਵੀ ਜਿਹੜੇ ਅਫਸਰਸ਼ਾਹੀ ਹੈ, ਉੱਚ ਅਧਿਕਾਰੀ ਹੈ, IAS ਹੈ, PCS ਹੈ, ਪੁਲਿਸ ਦੇ ਜਿਹੜੀ ਪੁਲਿਸ ਹੈ, ਫੌਜ ਹੈ, ਜੇਲ੍ਹਾਂ ਨੇ, ਇਹ ਸਾਰਿਆਂ ਨੂੰ ਰਲਾ ਕੇ ਜਿਹੜਾ ਰਾਜ ਚੱਲਦਾ ਹੈ।
ਜਿਹੜਾ ਉਹਨਾਂ ਦਾ ਅਸੀਂ ਕਹਿੰਦੇ ਆ ਨਾ ਵੀ ਉਹ ਜਿਹੜੇ 10% ਲੁੱਟਤੰਤਰ ਹੈ ਜਿਹੜਾ ਉਹ ਜਮਾਤਾਂ ਨੇ ਜਿਹੜੀ 10% ਉਹ 90% ਤੇ ਐਂ ਨਿਕਲੀਆਂ ਵੋਟਾਂ ਨਾਲ ਨਹੀਂ ਰਾਜ ਕਰਦੀ। ਉਹ ਆਪਣੇ ਜਿਹੜੀ ਉਹਨਾਂ ਦਾ ਇੱਕ ਰਾਜ ਜਾਵਰ ਰਾਜ ਪ੍ਰਬੰਧ ਸਿਰਜਿਆ ਹੋਇਆ ਉਹਦੇ ਆਸਰੇ ਸਾਨੂੰ ਗੁਲਾਮ ਰੱਖਦੀਆਂ ਨੇ। ਸੋ ਜਿਹੜਾ ਜਾਵਰ ਰਾਜ ਪ੍ਰਬੰਧ ਹੈ ਉਹ ਇਕੱਲੀਆਂ ਵੋਟਾਂ ਰਾਹੀਂ ਨਹੀਂ ਬਦਲਦਾ, ਉਹਦੇ ਖਾਤਰ ਬਹੁਤ ਵੱਡੀ ਲੋਕਾਂ ਦੀ ਜਿਹੜੀ ਚੇਤਨਤਾ, ਲੋਕਾਂ ਦੀ ਜਿਹੜੀ ਲਾਮਬੰਦੀ, ਲੋਕਾਂ ਦੀ ਜਿਹੜੀ ਜਥੇਬੰਦਕ ਤਾਕਤ ਹੋਣੀ ਜ਼ਰੂਰੀ ਆ ਹਰ ਪੱਧਰ 'ਤੇ ਜਿਹੜੀ ਜਥੇਬੰਦਕ ਤਾਕਤ। ਸੋ ਇਸ ਕਰਕੇ ਜਿਹੜੀਆਂ ਇਹ ਅਸੀਂ ਤਾਂ ਸਮਝਦੇ ਹਾਂ ਵੀ ਜਿਹੜਾ ਸੰਯੁਕਤ ਸਮਾਜ ਮੋਰਚਾ ਵੀ ਹੈਗਾ, ਹੁਣ ਤੀਕਰ ਮਹੀਨਾ ਰਹਿ ਗਿਆ ਚੋਣਾਂ ਦੇ ਵਿੱਚ, ਕੋਈ ਇਹਨਾਂ ਕੋਲ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਕੋਈ ਅਲਟਰਨੇਟਿਵ ਵੱਖਰਾ ਵਿਕਲਪ ਕੀ ਹੈ ਇਹਨਾਂ ਕੋਲ ਵੀ ਭਾਈ ਦੂਜੀਆਂ ਪਾਰਟੀਆਂ ਬੇਰੁਜ਼ਗਾਰੀ ਇਸ ਕਾਰਨ ਕਰਕੇ ਨਹੀਂ ਖਤਮ ਕਰ ਸਕਦੇ, ਅਸੀਂ ਆਹ ਫਾਰਮੂਲੇ ਰਾਹੀਂ ਖਤਮ ਕਰਾਂਗੇ, ਅਸੀਂ ਨਿੱਜੀਕਰਨ ਨੂੰ ਐਂ ਦੂਰ ਕਰਾਂਗੇ, ਅਸੀਂ ਜਿਹੜੀਆਂ ਵਿੱਦਿਆ ਹੈਗੀ ਹੈ ਜਾਂ ਆਪਣੀ ਸਿਹਤ ਹੈਗੀ ਹੈ ਉਹਨਾਂ ਦਾ ਜਿਹੜਾ ਨਿੱਜੀਕਰਨ ਹੋਇਆ ਉਹ ਸਾਮਰਾਜੀ ਕੰਪਨੀਆਂ ਦੀਆਂ ਹਦਾਇਤਾਂ ਦੇ ਆਧਾਰ 'ਤੇ ਅਸੀਂ ਉਸੇ ਨੂੰ ਐਂ ਖਤਮ ਕਰਾਂਗੇ, ਅਸੀਂ WTO 'ਚ ਭਾਰਤ ਨੂੰ ਐਂ ਬਾਹਰ ਕੱਢਾਂਗੇ। ਕੋਈ ਹੈ ਨਹੀਂ ਕੋਈ ਇਹ, ਹੁਣ ਤੱਕ ਵੀ ਮਹੀਨਾ ਰਹੇਗਾ ਜਦੋਂ ਕਹਿੰਦੇ ਆ ਵੀ ਹਾਂ ਅਸੀਂ ਹਜੇ ਚੋਣ ਮੈਨੀਫੈਸਟੋ ਤਿਆਰ ਕਰਾਂਗੇ। ਚੋਣ ਮੈਨੀਫੈਸਟੋ ਇਕੱਲਾ ਆਈ ਨਹੀਂ ਵੀ ਤੁਸੀਂ ਆਹ ਕੁਛ ਰਾਇਤਾਂ ਦੇ ਦਿਓ, ਕੁਛ ਭੀਖ ਦੇ ਦਿਓ ਤੁਸੀਂ ਉਹਨਾਂ ਨੂੰ ਵੀ ਅਸੀਂ ਜੀ ਤੁਹਾਨੂੰ ਆਹ ਫਲਾਨੀ ਚੀਜ਼ ਫਰੀ ਕਰ ਦਿਆਂਗੇ, ਫਲਾਨੀ ਫਰੀ ਕਰ। ਚੋਣ ਮੈਨੀਫੈਸਟੋ ਹੁੰਦੇ ਆ ਲੋਕਾਂ ਦੇ ਜਿਹੜੇ ਮੁੱਦੇ ਨੇ, ਜਿਹੜੇ ਏਜੰਡੇ ਨੇ, ਜਿਹੜੇ ਹੈਗੇ ਨੇ ਮਸਲੇ ਨੇ ਜਿਹੜੇ, ਉਹਨਾਂ ਦਾ ਜਿਹੜਾ ਹੱਲ ਹੈ, ਉਹਨਾਂ ਦਾ ਵਿਕਲਪ ਤੁਹਾਡੇ ਕੋਲ ਕੀ ਹੈ, ਜਿਨ੍ਹਾਂ ਦਾ ਉਹਨਾਂ ਕੋਲ ਹੈ ਹੀ ਨਹੀਂ ਸੀਗਾ, ਤੁਸੀਂ ਉਹਦਾ ਬਦਲਵਾਂ ਵਿਕਲਪ ਕਿਵੇਂ ਹੱਲ ਕਰੋਗੇ, ਪੈਸਾ ਕਿੱਥੋਂ ਲੈ ਕੇ ਆਓਗੇ, ਪੂੰਜੀ ਕਿੱਥੋਂ ਲੈ ਕੇ ਆਓਗੇ। ਸਾਰੀਆਂ ਚੀਜ਼ਾਂ ਦਾ ਅਸੀਂ ਸਮਝਦੇ ਹਾਂ ਵੀ ਉਹਨਾਂ ਦੀ ਜਿਹੜੀ ਇੱਕ ਚੋਣ ਉਹ ਹੈਗੀ ਆ ਸਤਾ ਲਾਲਸਾ ਕਹਿ ਲਓ ਵੀ ਕੁਛ ਨਾ ਕੁਛ ਵਗਦੀ ਗੰਗਾ 'ਚ ਹੱਥ ਧੋ ਲਓ ਅਤੇ ਆਪਣੇ ਹੁਣ ਲੱਗਦਾ ਦਾ ਆਪਾਂ ਚੋਣ ਅੰਦੋਲਨ ਵੀ ਜਿੱਤ ਲਿਆ, ਨਾਲ ਹੀ ਲੱਗਦੇ ਦਾ ਇੱਕ ਤਾਂ ਕੋਈ MLA ਜਿੰਨੇ ਕੁ ਬਣਦੇ ਆਪਣੇ ਕੋਲ ਅਥਾਰਟੀ ਬਣ ਜੂਗੀ, ਪਾਵਰ ਬਣ ਜੂਗੀ, ਨਾਲ ਦੋ ਦੋ ਚਾਰ ਚਾਰ ਬਾਡੀਗਾਰਡ ਹੋਇਆ ਕਰਨਗੇ, ਗੱਡੀਆਂ ਮਿਲ ਜਾਣਗੀਆਂ। ਇਦੂ ਵੱਧ ਨਹੀਂ ਮੈਨੂੰ ਲੱਗਦਾ ਵੀ ਕੋਈ ਉਹ ਇਸ ਚੋਣ 'ਚ ਆ ਕੇ ਕੋਈ ਰੱਤੀ ਭਰੀ ਵੀ ਸੁਧਾਰ ਕਰ ਦੇਣ, ਸਾਨੂੰ ਨਹੀਂ ਲੱਗਦਾ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈਗਾ ਇੱਕ ਤਾਂ ਉਹਨੂੰ ਵੀ ਮਜ਼ਬੂਤ ਕਰਨਾ ਚਾਹੀਦਾ, ਉਹਦੀ ਅਥਾਰਟੀ ਨੂੰ ਕਾਇਮ ਕਰਨਾ ਚਾਹੀਦਾ ਉਹਦੇ ਆਸਰੇ। ਬਾਕੀ ਜਿਹੜਾ ਹੈਗਾ ਵੀ ਜਿਹੜੀ ਅਸੀਂ ਸਮਝਦੇ ਹਾਂ ਵੀ ਅਸੀਂ ਬਾਈਕਾਟ ਕਿਉਂ ਕਹਿੰਦੇ ਹਾਂ, ਵੋਟਾਂ ਅਸੀਂ ਹੈਗ ਨੇ, ਵੇਖੋ ਜੀ ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਸਿਸਟਮ ਕਾਇਮ ਰਹੇਗਾ, ਸਰਕਾਰ ਵੀ ਹਰ ਉਹਨਾਂ ਦੀ ਬਣਨੀ ਹੈ, ਸਰਕਾਰ ਉਹਨਾਂ ਦੀ ਬਣਨੀ ਹੈ, ਪੈਸੇ ਨਾਲ ਸਰਕਾਰ ਬਣਨੀ ਹੈ, ਸ਼ਰਾਬ ਨਾਲ ਬਣਨੀ ਹੈ, ਮਸਲ ਪਾਵਰ ਚੱਲਣਾ, ਹੋਰ ਸਭ ਤਰ੍ਹਾਂ ਦੇ ਦਾਬੇ ਚੱਲਣੇ ਆ, ਸਰਕਾਰ ਬਣੂਗੀ ਉਹਨਾਂ ਦੀ। ਇਸ ਕਰਕੇ ਅਸੀਂ ਤਾਂ ਸਮਝਦੇ ਹਾਂ ਵੀ ਘੱਟੋ ਘੱਟ ਜੇ ਅਸੀਂ ਹੁਣ ਕਿੰਨੀ ਕੁ ਵੋਟ ਪੋਲ ਹੁੰਦੀ ਹੈ, 60-70% ਵੋਟ ਪੋਲ ਹੁੰਦੀ ਹੈ, ਜੇ ਲੋਕ ਜਾਣ ਹੀ ਨਾ ਪਾਉਣ ਹੀ ਨਾ, ਅਸੀਂ ਕਹਿੰਦੇ ਕਿਸੇ ਨੂੰ ਨਾ ਪਾਓ ਨਾ ਲੈਣ 'ਚ ਖੜੋ, ਇਹ 40% ਵੋਟ ਪੋਲ ਹੋਵੇ ਤਾਂ ਉਦੋਂ ਬਾਅਦ ਉਹਨਾਂ ਨੇ ਹੁਣ ਕੀ ਕਹਿੰਦਾ ਜਦੋਂ ਅਸੀਂ ਸਰਕਾਰ ਬਣਾ ਦਿੰਦੇ ਹਾਂ ਨਾ 60-70% ਵੋਟਾਂ ਪਾ ਕੇ, ਜਦੋਂ ਅਸੀਂ ਉਦੋਂ ਬਾਅਦ ਅੰਦੋਲਨ ਕਰਦੇ ਹਾਂ ਉਹੀ ਅਧਿਕਾਰੀ ਸਾਨੂੰ ਕਹਿੰਦੇ ਵੀ ਕੱਲ੍ਹ ਤਾਂ ਤੁਸੀਂ ਚੁਣ ਕੇ ਹਟੇ ਆ, ਹੁਣ ਤੁਸੀਂ ਕਹਿੰਦੇ ਹਾਂ ਵੀ ਅੰਦੋਲਨ ਕਰ, ਫਿਰ ਅਸੀਂ ਘੱਟੋ ਘੱਟ ਐਂ ਤਾਂ ਕਹਿ ਦੇਵਾਂਗੇ ਨਾ ਜੀ ਸਾਡੀ ਇਹ ਨਹੀਂ ਚੁਣੀ ਹੋਈ, ਅਸੀਂ ਨਹੀਂ ਪਾਈਆਂ ਵੋਟਾਂ, ਇਹ 40% ਦੀ ਘੱਟ ਗਿਣਤੀ ਦੀ ਸਰਕਾਰ ਹੈਗੀ ਹੈ, ਸਾਨੂੰ ਮਤਲਬ ਅਖਲਾਕੀ ਤੌਰ 'ਤੇ ਸਾਨੂੰ ਉਹਨਾਂ ਦੇ ਨੀਵਾਂ ਨਹੀਂ ਹੋਣਾ ਪਊਗਾ ਵੀ ਯਾਰ ਆਪ ਹੀ ਉਹਨਾਂ ਨੂੰ ਚੁਣ ਕੇ ਅਤੇ ਆਪ ਹੀ ਉਹਨਾਂ ਦੇ ਖਿਲਾਫ਼ ਅੰਦੋਲਨ ਲੜਦੇ ਆ, ਅੰਦੋਲਨ ਸਾਨੂੰ ਕਰਨਾ ਹੀ ਪੈਣਾ। ਲੋਕਾਂ ਨੂੰ ਕਿਵੇਂ ਜਾਗਰੂਕ ਕਰੋਗੇ ਇਹਦੇ ਲਈ? ਹਾਂ, ਲੋਕਾਂ ਨੂੰ ਜਾਗਰੂਕ ਕਰਨ ਦੀ ਖਾਤਰ ਅਸੀਂ ਦੋ ਮੁਹਿੰਮਾਂ ਲਾਈਆਂ ਨੇ, ਪਹਿਲਾਂ ਤਾਂ ਜਿੰਨੀਆਂ ਇਹ ਜਥੇਬੰਦੀਆਂ ਅੱਜ ਆ ਗਈਆਂ ਨੇ ਉਹਨਾਂ ਦੀ ਸਾਰੀ ਲੀਡਰਸ਼ਿਪ ਨੂੰ ਇਕੱਠਾ ਕਰਕੇ ਅਸੀਂ 17 ਤਰੀਕ ਨੂੰ ਬਰਨਾਲੇ ਅਤੇ 19 ਤਰੀਕ ਨੂੰ ਜੀਰੇ ਦੋ ਵੱਡੀਆਂ ਲੀਡਰਸ਼ਿਪ ਦੀਆਂ ਕਨਵੈਨਸ਼ਨਾਂ ਕਹਿ ਲਓ, ਜਿਹੜੀ ਸਕੂਲਿੰਗ ਕਹਿ ਲਓ, ਵਰਕਸ਼ਾਪ ਕਨਵੈਨਸ਼ਨਾਂ ਉਹਨਾਂ ਦੀਆਂ ਆਗੂਆਂ ਨੇ ਕਰਾ ਰਹੇ ਹੈ। ਉਦੋਂ ਬਿਨਾਂ ਫਿਰ ਉਹਨਾਂ ਦੀਆਂ ਕਰਵਾ ਕੇ ਆਗੂਆਂ ਨੂੰ ਸਾਰੀ ਪਾਲਿਸੀ 'ਤੇ ਇਹ ਤਿਆਰ ਕਰਕੇ ਫਿਰ ਪਿੰਡਾਂ ਦੇ ਵਿੱਚ ਜਿਹੜਾ ਝੰਡਾ ਮਾਰਚ ਹੈ, ਪਿੰਡਾਂ ਦੇ ਵਿੱਚ ਰੈਲੀਆਂ ਹੈਗੀਆਂ ਨੇ, ਨੁੱਕੜ ਮੀਟਿੰਗਾਂ ਹੈਗੀਆਂ ਨੇ, ਜਿਹੋ ਜਿਹਾ ਮਾਹੌਲ ਹੋਇਆ ਉਹਦੇ ਹਿਸਾਬ ਨਾਲ ਅਸੀਂ ਉਹ ਮੁਹਿੰਮ ਚਲਾਵਾਂਗੇ। ਅਤੇ ਅਖੀਰ 'ਤੇ ਜਿਹੜੀ ਪੀਕ 'ਤੇ ਇੱਕ ਜਦੋਂ ਇਹਦੀ ਸਿਖਰ ਹੋਇਆ ਉਸ ਦਿਨ 6 ਫਰਵਰੀ ਨੂੰ ਮੋਗੇ ਜਿਹੜੀ ਪੰਜਾਬ ਪੱਧਰ ਦੀ ਵੱਡੀ ਜਿਹੜੀ ਜਿਹੜੀ ਹੈਗੀ ਆ ਵੋਟ ਬਾਈਕਾਟ ਰੈਲੀ ਆ ਜਿਹੜੀ, ਜਿਹਦੇ ਵਿੱਚ 10,000 ਦੀ ਅਸੀਂ ਇਲਾਮਬੰਦੀ ਕਰਾਂਗੇ, ਵੱਡੀ ਰੈਲੀ ਕਰਕੇ ਸਿਖਰ 'ਤੇ ਉਹ ਰੈਲੀ ਹੋਊਗੀ। 15 ਜਨਵਰੀ ਨੂੰ ਦਿੱਲੀ ਦੇ ਵਿੱਚ ਉਸੇ ਕਜਾਰੀਆ ਹਾਲ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਹੈ ਅਤੇ ਉੱਥੇ ਇਹ ਏਜੰਡਾ ਲੱਗੂਗਾ ਵੀ ਜਿਹੜੀਆਂ ਨੇ ਹੁਣ ਆਪ ਪੋਲੀਟੀਕਲ ਪਾਰਟੀ ਬਣਾ ਕੇ ਜਿਹੜੇ ਆਗੂ ਆਪ ਪੋਲੀਟੀਕਲ ਲੀਡਰ ਬਣ ਗਏ, ਇਸ ਕਰਕੇ ਵੀ ਜਦੋਂ ਪਹਿਲਾਂ ਉਹ ਸੰਯੁਕਤ ਕਿਸਾਨ ਮੋਰਚੇ ਨੇ ਪੋਲੀਟੀਕਲ ਲੀਡਰਾਂ ਨੂੰ ਦੂਰ ਰੱਖਿਆ ਆਪਣੀਆਂ ਮੀਟਿੰਗਾਂ ਤੋਂ ਵੀ, ਆਪਣੇ ਅੰਦੋਲਨ ਤੋਂ ਵੀ, ਇਹ ਜਿਹੜੇ ਹੁਣ ਨਵੇਂ ਕਿਸਾਨ ਜਥੇਬੰਦੀਆਂ ਜੋ ਨਵੇਂ ਪੋਲੀਟੀਕਲ ਲੀਡਰ ਬਣ ਗਏ ਨੇ, ਇਹਨਾਂ ਪ੍ਰਤੀ ਸੰਯੁਕਤ ਕਿਸਾਨ ਮੋਰਚੇ ਦਾ ਰਵੱਈਆ ਕੀ ਹੋਵੇ, ਇਹ ਏਜੰਡਾ ਲੱਗੂਗਾ, ਇਹਦੇ ਬਾਰੇ ਫੈਸਲਾ ਹੋਊਗਾ। ਕਿਉਂਕਿ ਜਿਸ ਦਿਨ ਅਸੀਂ ਉੱਥੋਂ ਵਾਪਸੀ ਕੀਤੀ ਹੈ ਦਿੱਲੀ ਤੋਂ, ਲਾਸਟ ਮੀਟਿੰਗ ਹੋਈ ਸੀ ਸੰਯੁਕਤ ਕਿਸਾਨ ਮੋਰਚੇ ਦੀ, ਪ੍ਰੈਸ ਕਾਨਫਰੰਸ ਹੋਈ ਹੈ, ਉਹਦੇ ਵਿੱਚ ਕਿਹਾ ਗਿਆ ਸੀਗਾ ਵੀ ਇਹ ਕਿਸਾਨ ਮੁੱਦਿਆਂ 'ਤੇ ਅੰਦੋਲਨ ਕਰਨ ਦੀ ਖਾਤਰ ਹੈਗੀ ਹੈ, ਇਹ ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਚੋਣ ਪੋਲਿਟਿਕਸ ਦੇ ਵਿੱਚ ਨਹੀਂ ਆਊਗਾ। ਪਰ ਇਹਨਾਂ ਨੇ ਸੰਯੁਕਤ ਕਿਸਾਨ ਮੋਰਚੇ 'ਚ ਹੁੰਦੇ ਹੋਏ ਚੋਣ ਪੋਲਿਟਿਕਸ ਦੇ ਵਿੱਚ ਚਲੇ ਗਏ,
ਪੋਲੀਟੀਕਲ ਲੀਡਰ ਬਣ ਗਏ ਹੋਣ ਨਵੀਂ ਕਿਸਮ ਦੇ, ਸੋ ਇਹਨਾਂ ਨਾਲ ਕੀ ਰਵੱਈਆ ਹੋਵੇ, ਕੀ ਰਸਤਾ ਹੋਵੇ, ਇਹ ਜਿਹੜਾ 15 ਜਨਵਰੀ ਦੀ ਮੀਟਿੰਗ ਤੈਅ ਹੋਊਗਾ ਜੀ।